डिप्टी मुख्यमंत्री सुखजिंदर सिंह रंधावा बठिंडा के लेक व्यू रेस्ट हाउस में पहुंचे सन। उन्होंने वालों जोड़े बठिंडा रेंज के उच्च अधिकारियों गलबात करनी सी, क्योंकि जोड़े नशे का प्रकोप ज़्यादा बढ़ रहा है उसनों ठल पाने पुलिस के उच्च अधिकारियों मीटिंगा की जा रही सन। उत्ते ही कांग्रेस के पुराने वर्कर से जोड़े रमेश पक्का वह भी बुके लैके उन्होंने स्वागत करने पहुंचे सन, पर वो लंबा समा इत्थे बाहर खड़े रहे। उन्होंने पहला तो अंदर नहीं जान दिता गया। उस तो बाद जिहड़े इत्थों दे अपने सिहत मंत्री है वित्त मंत्री मनप्रीत सिंह बादल, उसके रिश्तेदार, उसकी धर्मपत्नी अते होर इत्थों दे आगू जिहड़े वो पहुँचे, तो वो पक्का साहब भी उन्हां दे नाल ही सर्क रेस्ट हाउस के अंदर चले गए। पर उन्हां दा कहना है कि उस तो अंदरों जयजीत सिंह जौहल जो कि मनप्रीत सिंह बादल के रिश्तेदार हैं, उन्होंने धक्के मार के मैनू बाहर कर दिता। डिप्टी मुख्यमंत्री मैनू नहीं मिलने दिता गया। उन्होंने उन्होंने काफ़ी दोष लाए कि वो इतों के प्राइमरी मैंबर भी नहीं गए कांग्रेस के, तो मैं जिहड़ा कि पुराना पिछले 35-40 साल तो कांग्रेस पार्टी ने जुड़े अते उच्च अहुदियां ते भी रह चुका गा, मैनू धक्के नाल बाहर किया गया गा, अते मैनू हुण मेरे व्हीकल ते भी वापस नहीं जान दिता जा रहा गा। ये सारी जिहड़ी कारस्तानी की गई है ये जोजो वालों की गई है। उन्होंने पता नहीं की डर सीगा कि मैं जिहड़े डिप्टी मुख्यमंत्री है उन्होंने कोल की गलबात करांगा, इस करके मैनू उन्होंने नहीं मिल दिता अते धक्के मार के मैनू बाहर कर दिता गा। सुनाउणे आ सोडे नाल जो पक्का साहब ने गलबात की आ वह भी तुहानू सुनाउणा है। ਗੱਲਬਾਤ ਉਹੀ ਜੀ ਜੋ ਜੋ ਨੇ ਬਾਹਰ ਧੱਕੇ ਮਾਰ ਕੇ ਕੱਢਤਾ। ਕਿੰਨੇ ਟਾਈਮ ਤੋਂ ਤੁਸੀਂ ਜੁੜੇ ਹੋਏ ਹੋ? ਮੈਂ 43 ਸਾਲ ਦਾ ਜੁੜਿਆ ਮੈਂ ਕਾਂਗਰਸ 'ਚ। ਹਾਂ ਅੱਛਾ, ਕੀ ਕਹਿੰਦੇ ਕਾਰਨ ਕੀ ਦਿੱਤਾ ਤੁਹਾਨੂੰ? ਹੁਣ ਕੀ ਪੁਲਿਸ ਹਿਰਾਸਤ 'ਚ ਲੈ ਗਿਆ ਤੁਹਾਨੂੰ? ਕੋਈ ਨਹੀਂ ਕਾਰਨ, ਕੋਈ ਨਹੀਂ, ਮੇਰੀ ਬੰਦੀ ਨਹੀਂ ਜੋ ਜੋ ਕਹਿੰਦਾ। ਪੁਲਿਸ ਨੇ ਹਿਰਾਸਤ 'ਚ ਲਿੱਤਾ ਗਿਆ ਤੁਹਾਨੂੰ? ਪੁਲਿਸ ਲੈ ਤੁਹਾਨੂੰ ਹੈ ਹਿਰਾਸਤ 'ਚ ਲੈ ਗਿਆ? ਪਤਾ ਨਹੀਂ, ਇਹ ਤਾਂ ਮੈਨੂੰ ਨਹੀਂ ਪਤਾ। ਕੌਣ ਕੌਣ ਅੰਦਰ ਹੀ ਕੌਣ ਕੌਣ ਆਏ ਅੰਦਰ? ਅੰਦਰ ਵਪਾਰੀਆਂ ਨੂੰ ਕਹਿ ਰਹੇ ਆ ਵਪਾਰੀ ਆ, ਪਰ ਕੋਈ ਵਪਾਰੀ ਨਹੀਂ ਹੈਗਾ। ਜਿਨ੍ਹਾਂ ਤੋਂ ਜੋ ਜੋ ਟੈਕਸ ਚੱਲਦਾ ਉਹ ਬੰਦੇ ਆ ਉਸ ਵਿੱਚ। ਅੱਛਾ, ਜੋ ਜੋ ਹੈ ਅੰਦਰ? ਹਾਂ, ਜੋ ਜੋ ਅੰਦਰ ਹੈ। ਤੁਸੀਂ ਵੈਸੇ ਕਾਂਗਰਸੀ ਹੋ, ਇਹਨੂੰ ਤੁਹਾਨੂੰ ਕੋ ਬਾਰ ਕਰਤਾ ਜੀ? ਹੈ, ਉਹ ਕਹਿੰਦੇ ਬਸ ਸਾਡੀ ਬੰਦੀ ਨਹੀਂ ਜੀ ਜੋ ਜੋ ਨਾਲ। ਨਹੀਂ, ਜੋ ਜੋ ਤਾਂ ਨਹੀਂ, ਮੰਤਰੀ ਡਿਪਟੀ ਸੀਐਮ ਦਾ ਸਾਰਿਆਂ ਵਾਸਤੇ ਪੰਜਾਬ ਦੇ ਡਿਪਟੀ ਸੀਐਮ ਹਨ। ਉਹ ਡਿਪਟੀ ਸੀਐਮ ਨੂੰ ਤਾਂ ਦੂਰ ਦੀ ਗੱਲ ਹੈ ਜੀ, ਮਿਲ ਨਹੀਂ ਦਿੱਤਾ। ਅੱਛਾ, ਕਾਰਨ ਕਿਉਂ ਕਿਉਂ ਬਾਹਰ ਕਰਤਾ ਹੁਣ? ਆਹੀ ਕਾਰਨ ਤੁਹਾਨੂੰ ਦੱਸੀ ਤਾਂ ਜਾਂਦੇ ਆ ਜੀ, ਜਿਹੜੇ ਜੋ ਜੋ ਟੈਕਸ ਲੱਗਿਆ ਹੋਇਆ ਉਹ ਉਹ ਆ ਉੱਥੇ ਜਿਨ੍ਹਾਂ ਤੋਂ ਪੈਸੇ ਇਕੱਠੇ ਹੁੰਦੇ ਆ, ਜਿਹੜੇ ਪੈਸੇ ਇਕੱਠੇ ਕਰਦੇ ਆ ਉਹਨਾਂ ਨੂੰ ਬੁਲਾਇਆ ਹੋਇਆ ਅੰਦਰ, ਵਪਾਰੀ ਉਹਨਾਂ ਨੂੰ ਬੁਲਾਇਆ ਹੋਇਆ। ਤੁਸੀਂ ਕੀ ਗੱਲ ਕਰਨੀ ਸੀ ਡਿਪਟੀ ਸੀਐਮ ਨਾਲ? ਮੈਂ ਕੋਈ ਨਹੀਂ ਗੱਲ ਕਰਨੀ, ਗੱਲ ਕੀ ਕਰਨੀ ਹੈ? ਅਸੀਂ ਤੁਹਾਡਾ ਡਰ ਕਾਦਾ ਵੀ ਤੁਹਾਨੂੰ ਬਾਹਰ ਕੱਢਿਆ ਗਿਆ ਹੈ? ਤੁਹਾਡਾ ਡਰ ਕਾਦਾ ਤੁਹਾਨੂੰ ਬਾਹਰ ਕੱਢਿਆ ਗਿਆ? ਤਾਂ ਮਿਲਣ ਨਹੀਂ ਦੇਣਾ ਚਾਹੁੰਦੇ ਵੀ ਜਿਹੜੇ ਅਸੀਂ ਆ। ਤੁਸੀਂ ਆ ਕੀ ਲੈ ਕੇ ਆਏ ਸੀਗੇ? ਇਹ ਗੁਲਦਸਤਾ ਹੈ। ਕੀ ਸੀਗਾ ਜੀ? ਕਿੰਨ ਦਿਨਾਂ ਸੀ? जो मिल गया जो जो ने मेनू धक्के मार के बाहर कढ़ता। ਤੁਸੀਂ ਕਿੰਨਾ ਚਿਰ ਹੋ ਗਿਆ ਕਾਂਗਰਸ ਨਾਲ ਜੁੜਿਆ ਤੁਹਾਨੂੰ? 43 ਸਾਲ ਹੋ ਗਏ ਮੈਨੂੰ। ਬਾਹਰ ਕਿਉਂ ਕੱਢਿਆ ਗਿਆ ਤੁਹਾਨੂੰ? ਇਹੀ ਕਰਕੇ ਵੀ ਤੁਸੀਂ ਕਾਂਗਰਸੀ ਦਾ ਇਹ ਮੀਟਿੰਗ ਤੁਹਾਡੀ ਨਹੀਂ। ਕੌਣ ਹੈ ਜੋ ਜੋ ਮੰਤਰੀ ਹੈ, ਕੋਈ ਨੇਤਾ? ਕੌਣ ਹੈ? ਕੁਛ ਵੀ ਨਹੀਂ ਜੀ, ਉਹ ਸਾਡੇ ਪ੍ਰਾਇਮਰੀ ਮੈਂਬਰ ਵੀ ਨਹੀਂ ਕਾਂਗਰਸ ਦਾ। ਕੌਣ ਨੇ ਜੀ ਉਹ? ਹੈ ਕੌਣ ਹੈ? ਕੌਣ ਤਾਂ ਹੁਣ ਤੁਹਾਨੂੰ ਕਿਹੜਾ ਪਤਾ ਨਹੀਂ ਵੀਰੇ, ਤੁਸੀਂ ਵੀ ਸਾਰੇ ਬਠਿੰਡੇ ਦੇ ਪੱਤਰਕਾਰ ਹੋ, ਰਿਸ਼ਤੇਦਾਰ ਹੈ, ਤੁਸੀਂ ਸਾਰਾ ਦਿਨ ਉਹਨਾਂ ਨੂੰ ਮਿਲਦੇ ਹੋ, ਸਾਰਾ ਦਿਨ ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਕਰਦੇ ਹੋ, ਤੁਹਾਨੂੰ ਕਿਹੜਾ ਪਤਾ ਨਹੀਂ ਜੋ ਜੋ ਦਾ? ਕੌਣ ਹੈ ਜੋ ਜੋ? ਕੌਣ ਨੇ ਜੀ? ਫਿਰ ਵੀ ਦੱਸਿਆ, ਤੁਹਾਨੂੰ ਪਤਾ ਤਾਂ ਲੱਗੇ ਜੀ। ਕਿਹਦਾ ਰਿਸ਼ਤੇਦਾਰ ਹੈ? ਬੀਨੂ ਬਾਦਲ ਦਾ ਭਰਾ ਹੈ ਜੀ। ਅੱਛਾ ਜੀ, ਹੋਰ ਦੱਸੋ ਕੀ ਕੀ ਹੈ? ਕੀ ਤੁਹਾਨੂੰ ਬਾਦਲ ਦਾ ਕੀ ਲੱਗਦਾ ਜੀ? ਉਹ ਤਾਂ ਹੁਣ ਤੁਹਾਨੂੰ ਪਤਾ ਨਹੀਂ ਯਾਰ, ਜੇ ਬੀਨੂ ਬਾਦਲ ਦਾ ਭਰਾ ਹੈ ਤਾਂ ਕੀ ਲੱਗੂਗਾ ਤੁਹਾਡੇ ਇਸ ਵਰਤਾਵ ਨਾਲ? ਹੁਣ ਤੁਹਾਨੂੰ ਆਪਣੀ ਗੱਡੀ ਤੇ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਜੀ? ਹਾਂ, ਮੈਨੂੰ ਮੈਂ ਕਿਹਾ ਸੀ ਵੀ ਮੈਂ ਆਪਣੀ ਸਕੂਟਰੀ ਤੇ ਜਾ ਵੜਦਾ, ਮੇਰੀ ਸਕੂਟਰੀ ਉੱਧਰ ਖੜੀ ਆ। ਅੱਛਾ,
कांग्रेस पार्टी का कल्चर ही नहीं भी किसी नु मिलनो रोकया जावे। तो धक्के मारे पुलिस ने? पुलिस ने नहीं, जो जो ने डीएसपी ने कुछ नहीं किया ना। ਤੁਹਾਨੂੰ ਬਾਹਰ ਕੱਢ ਦਿੱਤਾ ਸ਼ਾਸਨ ਨੇ? ਮੈਨੂੰ ਪਿਛੇ ਨੇ ਕੁਛ ਨਹੀਂ ਕਿਹਾ, ਪ੍ਰੇਮ ਨਾਲ ਮੈਨੂੰ ਭਾਇਆ ਸੀ, ਠੀਕ ਹੈ। ਉਹ ਕਹਿੰਦੇ ਸੀ ਵੀ ਚਲੋ ਕੋਈ ਗੱਲ ਨਹੀਂ ਬਹਿ ਜਾਓ, ਮੈਂ ਬੈਠ ਗਿਆ ਸੀ। ਫਿਰ ਮੈਂ ਕਿਹਾ ਜੀ ਜਦੋਂ ਮਿਲਣੀ ਨਹੀਂ ਦੇਣਾ ਤੇ ਮੈਂ ਘਰੇ ਜਾ ਵੜਦਾ, ਮੈਨੂੰ ਕਿਉਂ ਇੱਥੇ ਰੱਖਿਆ। ਅੱਛਾ, ਅਗਲੇ ਕਾਂਗਰਸ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਊਂਗੇ? ਹਾਂ ਬਿਲਕੁਲ ਹੋਊਂਗਾ, ਜੋ ਜੋ ਦੇ ਨਹੀਂ ਹੁੰਦਾ ਜੀ। ਅੱਛਾ, ਉੱਦਾਂ ਵੀ ਰਹੇ ਜੀ ਤੁਹਾਡੇ ਕੋਲ ਕੋਈ ਕਾਂਗਰਸ? ਮੈਂ ਉੱਦਾਂ ਦਾ ਰਹੇ ਜੀ, ਪੋਲੀਟੀਕਲ ਪਲੈਨਿੰਗ ਸੈੱਲ ਦਾ ਵਾਈਸ ਚੇਅਰਮੈਨ ਪੰਜਾਬ ਕਾਂਗਰਸ। ਕੀ ਨਾਮ ਕੀ ਤੁਹਾਡਾ? ਹਰਮੇਸ਼ ਬਾਂਸਲ ਪੱਕਾ। ਬਠਿੰਡਾ ਤੋਂ ਅਜੀਤ ਟਿਵਲੇ, ਨਰਸਿੰਘ ਸਿੱਧੂ ਦੀ ਰਿਪੋਰਟ।